ਸਤਿ ਸ਼੍ਰੀ ਅਕਾਲ ਜੀ, ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ। ਤਕਰੀਬਨ 5:15 ਹੋ ਗਏ ਸਵੇਰ ਦੇ। ਮੈਂ ਤੁਹਾਨੂੰ ਇਹੀ ਗੱਲ ਕਹਿਣੀ ਸੀ ਕਿ ਤੁਸੀਂ ਵੱਧ ਤੋਂ ਵੱਧ ਦਰੱਖਤ ਲਾਓ ਤਾਂ ਕਿ ਆਕਸੀਜਨ ਦਾ ਲੈਵਲ ਆ ਜਿਹੜਾ ਵਧੇ, ਤਾਂ ਜੋ ਫਿਰ ਮੀਂਹ ਪੈਣ ਵੱਧ ਤੋਂ ਵੱਧ ਔਰ ਆਪਣਾ ਜਿਹੜਾ ਪਾਣੀ ਦਾ ਲੈਵਲ ਆ ਪੰਜਾਬ ਦਾ ਉਹ ਉੱਪਰ ਜਾ ਸਕੇ। ਮੈਂ ਇਕੱਲੀਆਂ ਗੱਲਾਂ ਨਹੀਂ ਕਰਦਾ, ਕਰਕੇ ਵੀ ਦਿਖਾਉਣਾ। ਮੈਂ ਤੁਹਾਨੂੰ ਦਿਖਾਉਣਾ ਕਿ ਮੈਂ ਵੀ ਦਰੱਖਤ ਲਾਏ ਪਏ ਹਾਂ, ਪਹਿਲਾਂ ਲਾਏ ਹਾਂ। ਗੱਲਾਂ ਤਾਂ ਮੈਂ ਚਲੋ ਹੁਣ ਬਲੌਗ ਤਾਂ ਹੁਣ ਬਣਾਇਆ, ਤੁਸੀਂ ਵੀ ਕੋਸ਼ਿਸ਼ ਕਰਿਓ ਜਿੰਨੇ ਵੀ ਆਪਣੇ ਤੌੜ ਆ, ਠੀਕ ਆ, ਮੋਟਰਾਂ 'ਤੇ ਵਿਹਲੀ ਜਗ੍ਹਾ, ਉੱਥੇ ਦੋ ਦੋ ਦਰੱਖਤ ਤਾਂ ਜ਼ਰੂਰ ਲਾਇਓ। ਕਿਉਂਕਿ 12,500-13,000 ਪਿੰਡ ਆ ਪੰਜਾਬ ਦੇ ਵਿੱਚ। ਹੁਣ ਮੋਟਰਾਂ ਦੇਖੋ, ਤਕਰੀਬਨ 100 ਮੋਟਰ ਹਰੇਕ ਪਿੰਡ ਦੇ ਵਿੱਚ ਹੋਣੀ ਆ। ਜੇ ਦੋ ਦੋ ਦਰੱਖਤ ਵੀ ਲੱਗਣ ਲੱਗ ਗਏ ਹਰੇਕ ਮੋਟਰ ਪਰ, ਤਾਂ ਦੇਖੋ ਕਿੰਨੇ ਦਰੱਖਤ ਜਿਹੜੇ ਲੱਗਣਗੇ ਸਾਰੇ ਪੰਜਾਬ ਦੇ ਵਿੱਚ। ਆਕਸੀਜਨ ਦਾ ਲੈਵਲ ਕਿੱਥੇ ਜਾਊਗਾ, ਟੈਂਪਰੇਚਰ ਆ ਜਿਹੜਾ ਬਹੁਤ ਜ਼ਿਆਦਾ ਘਟੂਗਾ। ਦੁਬਈ ਨੇ ਘਟਾਇਆ, ਇਹ ਪ੍ਰੂਵ ਕਰਕੇ ਦਿਖਾਇਆ, ਉਹਨਾਂ ਦਾ 50 ਡਿਗਰੀ 'ਤੇ ਟੁੱਟਦਾ ਨਹੀਂ ਤਾਂ ਟੈਂਪਰੇਚਰ, ਜਿਹੜਾ ਕਿ ਹੁਣ 35 ਡਿਗਰੀ ਪਰ ਆ ਗਿਆ। ਚੇਨਈ ਪਹਿਲੀ ਸਟੇਟ ਬਣ ਗਈ ਇੰਡੀਆ ਦੀ ਜਿਹਦੇ 'ਚ ਪਾਣੀ ਖਤਮ ਹੋ ਗਿਆ। ਉੱਥੇ ਦਰ ਦਰ ਜਿਹੜੇ ਪਾਣੀ ਮੰਗ ਕੇ ਲਿਆਉਂਦੇ ਆ ਲੋਕ, 3,000 ਫੁੱਟ ਪਰ ਚਲੇ ਗਿਆ ਪਾਣੀ। ਤੁਸੀਂ ਪਾਣੀ ਬਚਾ ਲਓ, ਠੀਕ ਆ। ਸਰਕਾਰਾਂ ਬਾਅਦ ਵਿੱਚ MSP ਹੋਰ ਫਸਲਾਂ ਪਰ ਦੇਣ, ਉਹ ਬਾਅਦ ਦੀਆਂ ਗੱਲਾਂ ਹੈ ਕਿ ਝੋਨਾ ਜਿਹੜਾ ਝੋਨੇ ਦਾ ਬਦਲ ਹੋਵੇ, ਉਹ ਬਾਅਦ ਦੀਆਂ ਗੱਲਾਂ, ਪਹਿਲਾਂ ਤੁਸੀਂ ਆਪ ਕਰੋ। ਸਰਕਾਰਾਂ ਨੂੰ ਆਪਾਂ ਤਾਂ ਕਹਿਣ ਜੋਗੇ ਹਾਂ, ਤੁਹਾਨੂੰ ਕਿਹਾ ਤਾਂ ਪਹਿਲਾਂ ਆਪਣੇ ਆਪ ਨੂੰ ਬਦਲੋ, ਫਿਰ ਆਪਾਂ ਦੂਜੇ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਬਦਲੋ, ਠੀਕ ਆ। ਆਪਣਾ ਘਰ ਦੇ ਮੂਹਰੇ ਜਗ੍ਹਾ ਹੈ, ਇੱਥੇ ਮੈਂ ਚਰੀ ਯਾਰ ਬਰਸੀਨ ਬੀਜਦਾ ਹੁੰਦਾ। ਦੇਖੋ ਮੈਂ ਕਿਹਾ ਤਾਂ ਕਿ ਜਿਹੜਾ ਕੰਮ ਕਰਨਾ ਵਧੀਆ ਕਰਨਾ, ਨਹੀਂ ਕਰਨਾ ਨਹੀਂ। ਲੇਜ਼ਰ ਲੈਵਲਰ ਕਰਾਇਆ ਆਪਾਂ ਨੇ, ਹੁਣ ਚਰੀ ਬੀਜਣੀ ਆ ਉਰੇ। ਆਹ ਦੇਖੋ, ਅੱਜ ਤੇ ਤਕਰੀਬਨ 2 ਸਾਲ ਪਹਿਲਾਂ ਮੈਂ ਉਰੇ ਲਾਏ ਤੇ ਆ ਬੂਟੇ, 1.5 ਸਾਲ ਪਹਿਲਾਂ। ਦੇਖੋ ਕਿੰਨੇ ਵਧੀਆ ਹੋ ਗਏ। ਇੱਕ ਆ ਇਹ, ਉਹ ਤੂੰ ਤਾਂ ਲਿਆਂਦਾ ਤਾ, ਤੂੰ ਤਾਂ ਚੱਲਿਆ ਨਹੀਂ ਹੈਗਾ। ਆਹ ਸੱਤ ਪੱਤੀ ਕਹਿੰਦੇ ਆ ਇਹਨੂੰ ਪੰਜਾਬੀ ਦੇ ਵਿੱਚ, ਇੰਗਲਿਸ਼ ਦੇ ਵਿੱਚ ਪਤਾ ਨਹੀਂ ਕਿਹੜਾ ਬੂਟਾ ਕਹਿੰਦੇ। ਆਹ ਦੇਖੋ, ਆਹ ਡੇਕ, ਉਹ ਟਾਹਲੀ, ਉਹ ਟਾਹਲੀ, ਆਹ ਡੇਕ ਦੇਖੋ, ਆਹ ਡੇਕ, ਉਹ ਡੇਕ ਲਾਈ ਵੀ, ਉਹ ਪਰਾਂ ਡੇਕਾਂ ਨਿੰਬੂ। ਆਹ ਟਾਹਲੀ ਤਾਂ ਚਲੋ ਪੁਰਾਣੀ ਲੱਗੀ ਵੀ, ਉਹਦੇ ਸਾਡੇ ਦਰੱਖਤ ਦਰੱਖਤ ਹੁੰਦੇ ਤੇ ਬਾਗ ਹੁੰਦਾ ਤਾ ਜਦੋਂ ਮੈਂ ਛੋਟਾ ਤਾ, ਡਰ ਲੱਗਦਾ ਤਾ ਕਿਉਂਕਿ ਘਰ ਦੇ ਵੀ ਰਿਸ਼ਤੇਦਾਰ ਵੀ ਹਰੇਕ ਬੰਦਾ ਡਰਾਉਣ ਤਾ ਕਿ ਉਰੇ ਭੂਤ ਰਹਿੰਦੇ ਆ ਇੰਨਾ ਜ਼ਿਆਦਾ। ਉਰੇ ਅੰਬ, ਉਹ ਇੱਕ ਅੰਬ ਰਹਿ ਗਿਆ ਵਿਚਾਰਾ ਪੁਰਾਣਾ, ਇਹਨਾਂ ਦੇ ਸਾਥੀ ਸਾਰੇ ਖਤਮ ਹੋ ਗਏ ਵੜਤੇ, ਠੀਕ ਆ ਘਰਦਿਆਂ ਨੇ। ਉਰੇ ਮੈਂ ਚਲੋ ਮੇਰਾ ਕੰਮ ਲੋਟ ਆ ਜਿਵੇਂ, ਮੈਂ ਸਾਰੇ ਹੀ ਉਰੇ ਜੰਗਲ ਬਣਾਉਣਾ ਕਿ ਉਰੇ ਡਰ ਲੱਗੇ ਹਰੇਕ ਬੰਦੇ ਨੂੰ ਕਿ ਉਰੇ ਕੋ ਭੂਤ ਪ੍ਰੇਤ ਰਹਿੰਦਾ, ਠੀਕ ਹੈ ਜੀ। ਇੱਕ ਨਾ ਆਪਣਾ ਬਣਾਓ, ਜੇ ਤੁਹਾਡੇ ਕੋਲ ਪੈਸਾ ਹੈਗੇ ਆ 4, ਤੁਸੀਂ ਬਾਹੀ ਯੋਗ ਖੇਤ ਦੇ ਵਿੱਚ ਵੀ ਜੰਗਲ ਬਣਾ ਦਿਉ, ਕੋਈ ਚੱਕਰ ਨਹੀਂ ਹੈਗਾ। ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਜਾਂ ਤੁਹਾਡਾ ਕੰਮ ਮਾੜਾ ਮੋਟਾ ਚੱਲਦਾ ਹੈ ਨਾ, ਤਾਂ ਤੁਸੀਂ ਆਪਣਾ ਜਿਹੜੇ ਫਾਲਤੂ ਜਗ੍ਹਾ ਜਿੱਦਾਂ ਹਾਏ ਮੇਰੇ ਕਾਂਦਰੇ ਲਾਗ ਲਾਗ, ਮੈਂ ਤੁਹਾਨੂੰ ਅੰਦਰ ਵੀ ਦਿਖਾਉਂਦਾ, ਅੰਦਰ ਵੀ ਆਪਾਂ ਨੇ ਹੁਣ ਬੂਟੇ ਲਾ ਤੇ। ਇਹ ਬਲੌਗ ਬਣਾਉਣ ਦਾ ਕਾਰਨ ਇਹ ਨਹੀਂ ਹੈਗਾ ਕਿ ਮੈਂ ਵਾਹ ਵਾਹੀ ਖੱਟਣ ਆਇਆ, ਔਰ ਮੈਂ ਇਹੀ ਚਾਹੁੰਦਾ ਕਿ ਆਪਣੇ ਬੱਚਿਆਂ ਵਾਸਤੇ ਜਿਹੜਾ ਪਾਣੀ, ਸਾਫ਼ ਹਵਾ ਮਿਲ ਸਕੇ। ਨਹੀਂ ਭਿਖਾਰੀਆਂ ਮੰਗ ਤਾਂ ਉਹਨਾਂ ਨੇ ਪਾਣੀ ਦਰ ਦਰ ਮੰਗਦੇ ਰਹਿਣਾ, ਠੀਕ ਆ। ਖੇਤੀਯੋਗ ਤਾਂ ਬਚਣਾ ਹੀ ਨਹੀਂ, ਪੀਣ ਵਾਸਤੇ ਬਚ ਜਾਵੇ ਉਹੀ ਬਹੁਤ। ਆਹ ਲਾਇਆ ਆਪਾਂ ਨੇ ਇੱਕ, ਇਹ ਲਾਈ ਆ ਡੇਕ, ਆ ਨਿੰਮ ਇਹ ਲਾਈ ਆ, ਆ ਡੇਕ ਲਾਈ ਆ। ਹੁਣ ਆ ਗਏ ਆਪਾਂ ਮੋਟਰ ਪਰ। ਇਹ ਮੈਂ 10 ਸਾਲ ਪਹਿਲਾਂ ਦਰੱਖਤ ਲਾਏ ਤੇ ਇਹ ਪੂਰਾ ਫਲ ਦਿੰਦੇ ਆ ਹੁਣ ਅੰਬ। ਹੁਣ ਮੈਂ ਇਹ ਜਿਹੜੇ ਰਾਤ ਲਾਏ ਆ ਅੰਬ, ਆਹ ਲਾਏ ਆ, ਇੱਕ ਆਹ ਲਾਇਆ, ਇੱਕ ਉਹ ਲਾਇਆ। ਤੁਸੀਂ ਵੱਧ ਤੋਂ ਵੱਧ ਦਰੱਖਤ ਲਾਓ। ਆਹ ਜਿਹੜੇ ਕੋਠੇ ਦੇ ਨਾਲ ਆ, ਇਹ ਵੀ ਪੱਟ ਕੇ ਕਿਤੇ ਐਡਜਸਟਮੈਂਟ ਇਹਨਾਂ ਦੀ ਹੋਰ ਪਾਸੇ ਕਰਨੀ ਆ। ਤੁਸੀਂ ਇੱਦਾਂ ਜਿਹੜੀ ਵਿਹਲੀ ਜਗ੍ਹਾ ਕੋਠੇ ਦੇ ਨਾਲ ਨਾਲ, ਹੈ ਨਾ, ਜਿਹੜਾ ਮਕਾਨ ਬਣਾਇਆ ਵਾ ਤੁਸੀਂ ਮੋਟਰ ਪਰ, ਉਹਦੇ ਨਾਲ ਨਾਲ ਬਣਾ ਦਿਉ, ਉਹਦੇ ਨਾਲ ਨਾਲ ਲਾ ਦਿਉ ਜਿਹੜੇ ਦਰੱਖਤ ਆ। ਤੁਸੀਂ ਜੇ ਨਹੀਂ ਲਾਉਣੇ ਖੇਤ ਵਿੱਚ ਨਾ ਲਾਓ, ਕੋਈ ਦਿੱਕਤ ਨਹੀਂ ਹੈਗੀ। ਜੇ ਫਸਲ ਮਾਰਦੇ ਹਾਂ ਆਪਣੀ ਪਨੀਰੀਆਂ ਮਾਰਦੀਆਂ ਲਾਸ਼ਕਾਂ। ਕਿਸੇ ਬੰਦੇ ਨੇ ਕਿਸੇ ਕੋਲ ਕਮੈਂਟ ਕਰਿਆ, ਕਹਿੰਦਾ ਇਹ ਤਾਂ ਖੇਤੀ ਹੋ ਜੂਗੀ। ਮੈਂ ਉਹ ਵੀਰ ਨੂੰ, ਹੈ ਨਾ, ਜਵਾਬ ਮੈਨੂੰ ਨਾ ਤਾਂ ਪਤਾ ਨਹੀਂ, ਉਹ ਤਾਂ ਹੁਣ ਦੱਸਿਆ ਨਹੀਂ ਬੰਦੇ ਨੇ ਕਿ ਕਿਆ ਲਾਵਾਂ। ਮੈਂ ਤਾਂ ਇਹੀ ਕਹਿੰਦਾ ਕਿ ਜਿਹੜੇ ਲੱਲਰ ਤੁਸੀਂ ਇੰਨੇ ਸਾਲਾਂ 'ਚ ਲਾ ਲਏ, ਉਹ ਲੱਲਰ ਮੈਂ ਲਾ ਲੂੰਗਾ, ਠੀਕ ਆ। ਕਿਤੇ ਕੋਈ ਨਾਸਾ ਦੇ ਵਿੱਚ ਖੋਜ ਨਹੀਂ ਕਰਨੀ ਹੈ ਕਿ ਖੇਤੀ ਕਰਨੀ ਆ। ਖੇਤੀ ਨੂੰ ਕਿਆ ਹੈ, ਕੁਛ ਵੀ ਨਹੀਂ ਹੈਗਾ।
ਕੋਈ ਵੱਡੀ ਗੱਲ ਨਹੀਂ ਹੈਗੀ ਖੇਤੀ ਕਰਨੀ, ਦੁਨੀਆ ਕਰਦੀ ਜਾਂਦੀ ਆ। ਹਾਂ ਮੈਂ ਭਿੰਡੀਆਂ ਲਾਈਆਂ ਸਾਵਾਂ ਅਤੇ ਪਾਣੀ ਰੋਜ਼ ਲਾਉਣ ਕਰਕੇ ਪਨੀਰੀ ਪਨੀਰੀ 'ਚ ਅਖਾਲ ਸਾਫ਼ ਨਹੀਂ ਹੋਇਆ, ਪਰਾਂ ਤਾਂ ਮੈਂ ਕਰਤਾ ਸਾਰਾ। ਆ ਭਿੰਡੀਆਂ ਆਪਣੀਆਂ, ਕੋਈ ਇਹਦੇ 'ਚ ਪੈਸਟੀਸਾਈਡ ਨਹੀਂ ਪਾਇਆ, ਨਹੀਂ ਪੈਸਟੀਸਾਈਡ ਪਾਇਆ ਹੁੰਦਾ ਹੁਣ ਜਾਣੇ ਜਿਹਨੇ ਛਾਲਾਂ ਮਾਰਦੀ, ਕੋਈ ਸਪਰੇਅ ਨਹੀਂ। ਜੇ ਹੋ ਗਈਆਂ ਤਾਂ ਵੀ ਠੀਕ ਆ ਘਰ ਵਾਸਤੇ, ਜੇ ਨਹੀਂ ਹੋਈਆਂ ਤਾਂ ਵੀ ਠੀਕ ਆ। ਪਰਲੀ ਵੀ ਆਪਣੀ ਮਾਰਦੀ ਆ ਛਾਲਾਂ, ਕੱਲ੍ਹ ਹਜੇ ਹਰਿਆਈ ਨਹੀਂ ਸੀ ਮਾਰਦੀ, ਅੱਜ ਹਰਿਆਈ ਮਾਰਨ ਲੱਗ ਗਈ। ਦੇਖੋ ਜੇ ਬੰਦਾ ਕੰਮ ਕਰੇ ਤਾਂ ਕਰ ਸਕਦਾ, ਕੁਛ ਵੀ ਕਰ ਸਕਦਾ। ਦੇਖੋ ਕਿੰਨੀ ਸੋਹਣੀ, ਹੋਰਾਂ ਨਾਲੋਂ ਤਾਂ ਬਹੁਤ ਵਧੀਆ, ਜਿਹੜੇ ਬਹੁਤ ਪੁਰਾਣੇ ਖੇਤੀ ਕਰਦੇ ਉਹਨਾਂ ਨਾਲੋਂ ਸਹੀ ਆ। ਪਹਿਲੀ ਵਾਰ ਸਿੱਟਾ ਦਿੱਤਾ ਤਾਂ ਸਹੀ ਹੋਊਗਾ ਕੰਮ। ਬਾਕੀ ਬਾਬਾ ਜੀ ਨੇ ਸੁਣ ਲਈ ਹੈ ਨਾ, ਗੁਰਦੁਆਰਾ ਸਾਹਿਬ ਸਪੀਕਰ ਚੱਲ ਪਿਆ, ਆਸ਼ੀਰਵਾਦ ਮਿਲ ਗਿਆ। ਠੀਕ ਆ ਜੀ, ਵੱਧ ਬਾਅਦ ਦਰੱਖਤ ਲਾਓ, ਪਾਣੀ ਬਚਾ ਲਓ ਜੇ ਬਚ ਸਕਦਾ, ਨਹੀਂ ਨਿਆਣੇ ਤਾਂ ਆਪਣੇ ਮੰਗ 'ਤੇ ਬਣ ਜਾਣਾ, ਜਾਂ ਚੁੱਪ ਕਰਕੇ ਭਾਈ ਨਿਆਣਿਆਂ ਨੂੰ ਆਈਲੈਟਸ ਕਰਾ ਲਿਓ, ਆਪ ਰਿੜਕੀ ਜਾਇਓ ਉਰੇ। ਠੀਕ ਆ, ਬਿਨਾਂ ਪਾਣੀ 'ਤੇ ਆਪਣੇ ਨਿਆਣਿਆਂ ਨੂੰ ਕਰਾ ਲਿਓ ਆਈਲੈਟਸ, ਕਨੇਡਾ ਕਨੂਡਾ ਭੇਜ ਦਿਓ, ਉੱਥੇ ਪਾਣੀ ਮਿਲ ਜੂਗਾ। ਆਹੀ ਆ ਬਸ, ਜੇ ਨਹੀਂ ਲੋਟ ਆਉਣਾ ਕੰਮ, ਨਹੀਂ ਪਾਣੀ ਬਚਾਉਣਾ, ਨਹੀਂ ਦਰੱਖਤ ਲਾਉਣੇ, ਫਿਰ ਨਸਲਾਂ ਖਰਾਬ ਹੋ ਜਾਣੀਆਂ। ਉੱਥੇ ਕਰਾ ਲੈਣਗੇ ਕਿਸੇ ਗੋਰੀ ਨਾਲ ਵਿਆਹ, ਛਾਂਕੇ ਮਾਕੇ ਕਰਨਗੇ ਫਿਰ। ਆਹੀ ਆ, ਖਾਨਦਾਨੀ ਤੁਹਾਡੀ ਖਤਮ ਹੋ ਜਾਣੀ। ਜਿਹੜੇ ਲਾਣੇ ਆ ਕਹਿੰਦੇ ਆ ਕਿ ਲਾਣੇ ਆ, ਪਰ ਸਾਡਾ 9 ਵੱਜਦਾ ਪਿੰਡ ਦੇ ਵਿੱਚ, ਉਹ ਫਿਰ ਖਤਮ ਹੋ ਜਾਣਾ। ਫਿਰ ਤਾਂ ਜੈਕਸਨ ਆ ਜੌਨ ਦੇ ਨਾਂ ਪਰ ਤੁਹਾਡੇ ਲਾਣੇ ਦੀ ਪਛਾਣ ਹੋਏ ਕਰਨੀ ਹੈ ਕਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ।